ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ। ਹਮੇਸ਼ਾ ਆਪਾਂ ਸਟੂਡੈਂਟ ਵੀਜ਼ਾ ਦੀ ਤਾਂ ਗੱਲ ਕਰਦੇ ਹਾਂ, ਪਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਜਦ ਉੱਥੇ ਗਏ ਨੇ ਤਾਂ ਅਸੀਂ ਕਿਵੇਂ ਵਧੀਆ ਢੰਗ ਦੇ ਨਾਲ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੀਆ ਅਤੇ ਆਪਣੇ ਬੱਚਿਆਂ ਕੋਲ ਜਾ ਸਕੀਏ। ਟੂਰਿਸਟ ਵੀਜ਼ਾ ਦੀ ਸਪੈਸ਼ਲੀ ਆਪਾਂ ਅੱਜ ਗੱਲ ਕਰਾਂਗੇ। ਸੋ ਬਹੁਤ ਖਾਸ ਗੱਲਾਂ ਨੇ ਜੋ ਕਿ ਸਟੂਡੈਂਟਸ ਦੇ ਨਾਲ ਨਾਲ ਪੇਰੈਂਟਸ ਲਈ ਵੀ ਖਾਸ ਰਹਿਣ ਵਾਲੀਆਂ ਨੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਅੱਜ ਇੱਕ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼। ਸੋ ਵੀਜ਼ਾ ਐਕਸਪਰਟ ਮਿਸਿਜ਼ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ, ਔਰ ਮੈਂ ਹਰ ਵਾਰ ਜਿਵੇਂ ਗੱਲ ਕਰਦੀ ਹਾਂ ਕਿ ਇਸ ਐਕਸਪੀਰੀਅੰਸ ਦੇ ਵਿੱਚ ਢੇਰ ਸਾਰੇ ਲੱਗੇ ਨੇ, ਢੇਰ ਸਾਰੇ ਪ੍ਰੋਗਰਾਮਸ, ਵੱਖ ਵੱਖ ਪ੍ਰੋਫਾਈਲ ਤੇ ਕੰਮ ਕੀਤਾ ਗਿਆ। ਸੋ ਅੱਜ ਆਪਾਂ ਖਾਸ ਤੌਰ ਤੇ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਹਾਂ। ਸੋ ਮੈਮ, ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ, ਪੇਰੈਂਟਸ ਵੀ ਜਦੋਂ ਕੁਛ ਸਮਾਂ ਬੱਚਾ ਆਸਟ੍ਰੇਲੀਆ ਲਗਾ ਲੈਂਦਾ, ਪੇਰੈਂਟਸ ਵੀ ਚਾਹੁੰਦੇ ਨੇ ਕਿ ਅਸੀਂ ਇੱਕ ਵਾਰੀ ਜਾ ਕੇ ਆਈਏ, ਬੱਚਿਆਂ ਨੂੰ ਮਿਲ ਕੇ ਆਈਏ। ਸੋ ਕਿੰਨੇ ਕੁ ਚੰਗੇ ਢੰਗ ਦੇ ਨਾਲ ਆਪਾਂ ਟੂਰਿਸਟ ਵੀਜ਼ਾ ਦੇ ਵੀ ਦੇਖ ਰਹੇ ਹਾਂ, ਰਿਜ਼ਲਟਸ ਆ ਰਹੇ ਨੇ, ਇਸ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਹਰਜੋ, ਦੇਖੋ ਜਿਹੜੇ ਵੀ ਸਟੂਡੈਂਟਸ ਹੈ ਜੀ, ਜਦ ਉਹਨਾਂ ਨੇ ਆਸਟ੍ਰੇਲੀਆ ਜਾਣਾ ਹੈ ਤੇ ਆਸਟ੍ਰੇਲੀਆ ਜਾਣ ਦੇ ਬਾਅਦ ਕਿਧਰੇ ਨਾ ਕਿਧਰੇ ਇਮੋਸ਼ਨਲੀ ਹਰ ਬੰਦਾ ਹੀ ਆਪਣੀ ਫੈਮਿਲੀ ਤੋਂ ਅਟੈਚਡ ਹੁੰਦਾ ਹੈ। ਠੀਕ ਹੈ, ਜੋ ਆਸਟ੍ਰੇਲੀਆ ਸਕੂਲਿੰਗ ਸਟੂਡੈਂਟ ਵੀਜ਼ਾ ਹੈ, ਇਸ ਟਾਈਮ ਸਭਸੇ ਅੱਛੇ ਰਿਜ਼ਲਟ ਉਸਕੇ ਆ ਰਹੇ ਹੈ। ਰੀਜ਼ਨ ਕਿਆ ਹੈ ਉਸਕਾ? ਕਿਉਂਕਿ ਜੋ ਉਸਕੀ ਕੈਟਾਗਰੀ ਹੈ ਉਹ ਇੱਕ ਇਨੋਸੈਂਟ ਸਟੂਡੈਂਟ ਕੀ ਕੈਟਾਗਰੀ, ਸਾਰੇ ਸਟੂਡੈਂਟਸ ਇਨੋਸੈਂਟ ਹੋਤੇ ਹੈ, ਲੇਕਿਨ ਉਹ ਸਕੂਲਿੰਗ ਸਟੂਡੈਂਟ ਹੈ, ਗਾਰਡੀਅਨ ਉਸਕੇ ਸਾਥ ਜਾ ਰਹਾ ਹੈ ਟੇਕ ਕੇਅਰ ਕਰਨੇ ਕੇ ਲੀਏ, ਤੋ ਇੱਕ ਉਹ ਕੈਟਾਗਰੀ ਡਿਫਰੈਂਟ ਹੈ ਜਿਸਮੇ ਬਹੁਤ ਸਾਰੇ ਵੀਜ਼ਾ ਨਹੀਂ ਲੱਗ ਰਹੇ ਹੈ, ਜਿਸਕਾ ਕਿ ਇੱਕ ਅਲੱਗ ਹੀ ਜਿਸਕੋ ਕਹਿ ਸਕਤੇ ਹੈ ਕਿ ਇਸ ਟਾਈਮ ਸਿਸਟਮ ਚੱਲ ਰਿਹਾ ਹੈ ਔਰ ਵੀਜ਼ਾ ਬਹੁਤ ਅੱਛੇ ਆ ਰਹੇ ਹੈ। ਵੋ ਮੈਂ ਬਾਤ ਕਰੂੰ ਚਾਹੇ 5th ਕਲਾਸ ਕੇ ਬੱਚੇ ਕੀ, ਚਾਹੇ 7th ਚਾਹੇ 11th ਕਲਾਸ ਕੇ, ਹਰ ਟਾਈਪ ਕੇ ਵੀਜ਼ਾ ਹਮਾਰੇ ਪਾਸ ਆਏ ਹੈ। ਔਰ ਅਗਰ ਉਸਮੇ ਪੇਰੈਂਟਸ ਮੇਂ ਹਮਾਰੀ ਜੋ ਪ੍ਰੈਫਰੈਂਸ ਹੋਤੀ ਹੈ ਕਿ ਚਲੋ ਮਦਰ ਅਗਰ ਜਾਣਾ ਚਾਹੇ ਤੋ ਜਾ ਸਕਤੀ ਹੈ, ਤੋ ਵੋ ਸਾਥ ਮੇਂ ਹੀ ਵੀਜ਼ਾ ਆ ਰਹੇ ਹੈ ਉਨਕੇ, ਤੋ ਉਸਮੇਂ ਈਜ਼ੀ ਕਿਆ ਹੋ ਜਾਤਾ ਹੈ ਸਟੂਡੈਂਟ ਕੇ ਲੀਏ ਕਿ ਮਦਰ ਸਾਥ ਗਈ ਹੈ, ਚਲੋ ਵੋ ਉਸਕੀ ਟੇਕ ਕੇਅਰ ਕਰੇਗੀ, ਸਕੂਲ ਛੋੜ ਆਈ, ਸਕੂਲ ਸੇ ਲੈ ਆਈ, ਜਾਂ ਬੱਚਾ ਬੜਾ ਹੀ +1 ਕਾ, ਲੇਕਿਨ ਉਹ ਅੰਡਰ 18 ਹੈ ਤੋ ਉਨਕੋ ਗਾਰਜੀਅਨਸ਼ਿਪ ਕੇ ਅੰਡਰ ਉਹ ਜਾ ਸਕਤੇ ਹੈ। ਅਬ ਸਟੂਡੈਂਟ ਜੋ ਹੈ ਇੱਕ ਤੋ ਆਸਟ੍ਰੇਲੀਅਨ ਐਜੂਕੇਸ਼ਨ ਕਾ ਉਸਕੋ ਐਕਸਪੋਜ਼ਰ ਮਿਲ ਰਿਹਾ ਹੈ ਬਿਫੋਰ ਐਂਟਰਿੰਗ ਇਨ ਟੂ ਕਾਲਜ ਜਾਂ ਯੂਨੀਵਰਸਿਟੀ। +1 ਕਾ ਵੀ ਅਗਰ ਬੱਚਾ ਹੈ ਤੋ ਉਸਕੇ ਲੀਏ ਬਾਕੀ ਵੀਜ਼ਾ, ਇਸ ਟਾਈਮ ਸਟੂਡੈਂਟ ਵੀਜ਼ਾ ਥੋੜ੍ਹਾ ਸਟ੍ਰਿਕਟ ਹੋਆ ਹੋਇਆ ਹੈ, ਲੇਕਿਨ ਆਪ ਦੇਖੋ ਯੇ ਵੀਜ਼ਾ ਥੋੜ੍ਹਾ ਅੱਛੇ ਸੇ ਆ ਰਿਹਾ ਹੈ, ਤੋ ਬੱਚੇ ਕੋ 2 ਸਾਲ ਯੂਨੀਵਰਸਿਟੀ ਜਾਣੇ ਸੇ ਪਹਿਲੇ ਸਕੂਲਿੰਗ ਕਾ ਐਕਸਪੋਜ਼ਰ ਮਿਲ ਗਿਆ, ਆਸਟ੍ਰੇਲੀਅਨ ਸਕੂਲ ਕਾ ਅਗਰ ਐਕਸਪੋਜ਼ਰ ਮਿਲ ਗਿਆ ਤੋ ਆਪ ਸੋਚੀਏ ਯੂਨੀਵਰਸਿਟੀ ਮੇਂ ਉਸਕੀ ਐਡਮਿਸ਼ਨ ਕਿਤਨੀ ਈਜ਼ੀ ਹੋ ਜਾਏਗੀ। ਅਗਰ ਯੂਨੀਵਰਸਿਟੀ ਮੇਂ ਈਜ਼ੀ ਐਡਮਿਸ਼ਨ ਹੋ ਗਈ ਕਿਉਂਕਿ ਵਹਾਂ ਉਸੀ ਮਾਹੌਲ ਮੇਂ ਪੜ੍ਹਾ, ਉਸਕੋ ਪਤਾ ਚੱਲ ਗਿਆ ਆਸਟ੍ਰੇਲੀਅਨ ਸਟੈਂਡਰਡ ਆਫ ਐਜੂਕੇਸ਼ਨ ਕੈਸਾ ਹੈ, ਤੋ ਉਸਕੀ ਵਜ੍ਹਾ ਸੇ ਉਸਕੋ ਸਕਾਲਰਸ਼ਿਪ ਬਹੁਤ ਅੱਛੀ ਲੱਗ ਸਕਤੀ ਹੈ। ਔਰ ਆਪ ਦੇਖੀਏ ਜੋ ਸਕੂਲਿੰਗ ਫੀਸ ਹੈ ਵੋ ਇਤਨੀ ਕਮ ਹੈ, $11,000-$12,000 ਸੇ $20,000 ਤੱਕ, ਤੋ ਆਪ ਯੇ ਗਵਰਮੈਂਟ ਸਕੂਲਸ ਕੀ ਮੈਂ ਬਾਤ ਕਰ ਰਹੀ ਹੂੰ, ਤੋ $20,000 ਕਿਤਨਾ ਹੁਆ, 10-11 ਲੱਖ। ਅਗਰ ਮੈਂ ਸਕੂਲਿੰਗ ਸਟੂਡੈਂਟ ਕੀ ਬਾਤ ਕਰੂੰ ਤੋ ਅਗਰ ਮੰਨ ਲੀਜੀਏ 11,000 5th-6th ਕਲਾਸ ਵਾਲੇ ਬੱਚੇ ਕਾ ਆ ਰਹੀ ਹੈ ਤੋ 5.5-6 ਲੱਖ ਕੀ ਫੀਸ ਆ ਰਹੀ ਹੈ, ਔਰ ਅਗਰ ਹਮ +1 ਕੀ ਬਾਤ ਕਰੇ ਤੋ $20,000 $11 ਲੱਖ ਕੇ ਆਸ ਪਾਸ ਆ ਰਹੀ ਹੈ, ਜੋ ਕਿ ਯੂਨੀਵਰਸਿਟੀਓ ਕੀ ਫੀਸ ਆਪ ਦੇਖੋ $35,000 $40,000, ਤੋ ਬੱਚਾ ਕਮ ਮੇਂ ਜਾ ਕੇ ਆਪਣਾ ਵਹਾਂ ਕਾ ਐਕਸਪੋਜ਼ਰ ਲੈ ਲੇਤਾ ਹੈ ਔਰ ਉਸਕੇ ਬਾਅਦ ਵੋ ਐਂਟਰੀ ਕਰ ਸਕਤਾ ਹੈ ਮੇਨ ਯੂਨੀਵਰਸਿਟੀਜ਼ ਮੇਂ। ਅਬ ਇਸਮੇਂ ਫਾਈਨੈਂਸ਼ੀਅਲਸ ਜੋ ਸ਼ੋ ਕਰਨੇ ਹੈ, ਪੇਰੈਂਟਸ ਕੀ ਇਨਕਮ ਔਰ 1 ਸਾਲ ਕੀ ਲਿਵਿੰਗ, ਜੈਸੇ ਹਰ ਫਾਈਲ ਮੇਂ ਹਮ ਸ਼ੋ ਕਰਤੇ ਹਾਂ, ਉਹ ਤੋਂ ਹਮੇਂ ਚਾਹੀਏ ਹੀ ਚਾਹੀਏ ਫਾਈਨੈਂਸ਼ੀਅਲਸ ਕਾ, ਐਂਡ ਬੈਂਕ ਸਟੇਟਮੈਂਟਸ ਹਮੇਂ ਚਾਹੀਏ, ਇਨਕਮ ਟੈਕਸ ਰਿਟਰਨਸ ਚਾਹੀਏ, ਜੋ ਕਿ ਹਮ ਬੱਚੇ ਕੋ ਜ਼ਿਆਦਾ ਸੇ ਜ਼ਿਆਦਾ ਵੋ ਚੀਜ਼ੇ ਹਮੇਂ ਚਾਹੀਏ, ਔਰ ਮਾਰਕਸ਼ੀਟ ਐਡਮਿਸ਼ਨ ਕੇ ਲੀਏ ਲਾਸਟ 3 ਈਅਰਸ ਕੀ ਮਾਰਕਸ਼ੀਟਸ ਹਮੇਂ ਚਾਹੀਏ। ਆਇਲਟਸ ਹਮੇਂ ਜ਼ਰੂਰੀ ਨਹੀਂ, ਅਗਰ ਬੱਚਾ ਇੰਗਲਿਸ਼ ਮੀਡੀਅਮ ਸਕੂਲ ਮੇਂ ਪੜ੍ਹ ਰਿਹਾ ਹੈ ਤੋ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਪੇ ਸਟੂਡੈਂਟ ਜਾ ਸਕਦਾ ਹੈ। ਅਬ ਜ਼ਿਆਦਾਤਰ ਕਿਆ ਹੋਤਾ ਹੈ, ਜਿਨ ਬੱਚੋਂ ਕੇ ਜਿਸ ਫੈਮਿਲੀ ਕੇ ਕੋਈ ਇੱਕ ਬੱਚਾ ਚਲਾ ਗਿਆ ਤੋ ਉਨਕੀ ਇੱਛਾ ਹੈ ਕਿ ਇਹ ਸੈਕਿੰਡ ਬੱਚਾ ਚਾਹੇ ਸਕੂਲਿੰਗ ਮੇਂ ਚਲਾ ਜਾਏ ਤੋ ਫੈਮਿਲੀ ਮਦਰ ਉਸ ਪੇ ਗਾਰਜੀਅਨ ਵੀਜ਼ਾ ਪੇ ਜਾ ਕੇ ਬੱਚੋਂ ਕੇ ਟੇਕ ਕੇਅਰ ਕਰ ਲੈਤੀ ਹੈ, ਕੁਛ ਐਸਾ ਸਭ ਫੈਮਿਲੀਜ਼ ਕਾ ਇੱਕ ਸਿਸਟਮ ਬਣ ਜਾਤਾ ਹੈ ਔਰ ਫੈਮਿਲੀ ਵੀ ਵਹਾਂ ਪੇ ਹੈ, ਬੱਚੇ ਵੀ ਪੜ੍ਹਾਈ ਮੇਂ ਧਿਆਨ ਲਗਾ ਪਾ ਰਹੇ ਹੈ, ਔਰ ਮੇਰੇ ਖਿਆਲ ਇਸ ਦਿਸ ਇਜ਼ ਵੈਰੀ ਗੁੱਡ ਸਿਸਟਮ ਇਫ ਯਰ ਸਟੂਡੈਂਟ ਵਾਂਟ ਟੂ ਟੇਕ
इंटरनेशनल एक्सपोजर इन स्कूलिंग। अगर मैं कंपेयर करती हूँ ऑस्ट्रेलियन एजुकेशन सिस्टम को किसी और कंट्री से, तो अभी हम एक कॉन्फ्रेंस जर्मनी में अटेंड करके आए थे जिसमें स्कूलिंग की फीस यूएस बोर्डिंग स्कूल्स की अप टू $80,000। तो अब AUD जो है ऑलमोस्ट 55 का चलता है, जबकि अगर यूएस डॉलर की बात करें तो 85 क्या, तो मतलब $80,000 मतलब $100,000 से भी ऊपर की फीस हो गई कि इतने एक्सपेंसिव रहती है। वेयर एज ऑस्ट्रेलियन जो फीस है ये बहुत कम आ रही है, बहुत अफोर्डेबल है एंड स्टूडेंट उसमें जाके अपना एक अच्छा एक्सपोजर ले सकता है। जब पेरेंट्स सेविंग करते हैं बहुत पुराने सेविंग नहीं मांगते, खाली 3 months old, जब तुम इंक्वायरी कर रहे हो, मान लो हम जुलाई इनटेक है, तुम्हारे पास बहुत टाइम है जो सेविंग करने का, खाली 3 महीने पुरानी सेविंग चाहिए होती है। और जो तुम्हारा मतलब इको जगह 25 लाख 30 लाख रखने की बजाय 10 लाख किसी अकाउंट है, 2 लाख किसी अकाउंट है, 4 लाख किसी च है, ये एक जेन्युइन जो प्रोफाइल बनता है। बिखरे हुए फंड जड़ा एक सर्विसमैन है या बिजनेसमैन है, जब इनकम छोटी छोटी सेविंग कर रहे हैं, हाउस वाइफ छोटी छोटी सेविंग कर रही है, तो वो एक इन्होंने लगता है कि जेन्युइन सेविंग्स है। ये नहीं कि चक्के तो 3 लाख या तो कोई लैंड सेल हो या कुछ, लेकिन होना था लैंड सेल का भी आजकल ऑनलाइन प्रूफ चढ़ता है जी। तो उसके विच तो लोगों ने जिन्हां दी हाईवे ते लैंड सारियां करोड़ों रुपया भी मिले, तो वो तो केस अपने आप च बहुत स्ट्रांग हो जाता कि जब तुसी 70-80 लाख दी कोई अचानक FD दिखाई और जिहदा सोर्स जिहड़ा सेल ऑफ लैंड आया जिहड़ा ऑन रिकॉर्ड चढ़िया होया है, उसके विच कोई प्रॉब्लम नहीं। बट थैंक यू।